قالوا إنا لله وإنا إليه راجعون تحميرات محرم دي تل گیا بابا پتر سجا کون ماوا اپنے پتر دیا لگیا تا تو لہنا جے جس مقام تے میرے شیا سنی جوان بدرگ بیٹھے ہو اللہ دے نام تے نیندر پیاری نہ کریا کرے
ਹੋ ਗਈਆਂ ਖਾ ਵਿੱਚ ਚਮੜੀ ਆਈਏ ਮੈਨੂੰ ਜਗਾ ਗਈਏ ਮੈਨੂੰ ਆਦੀਏ ਸਾਈਂ ਡਬ ਜਾਨ ਤੇਰੇ ਸੰਭਣ ਦੀ ਰੁੱਤੀ ਗੁਜ਼ਰ ਗਏ ਸੁਬਾ ਤੇਰੇ ਅਕਬਰ ਕੋ ਬੰਛੀ ਲਗ ਵਜਣੀ ਏ ਸੈਯਦਾ ਦੇ ਭੇਣ ਅੰਮਾ ਨੇ ਅਕਬਰ ਦਾ ਨਸਾਇਆ ਇਹ ਨੀ ਨਸਾਇਆ ਸੁਬਾ ਤਬਾਹ ਹੀ ਉਜੜ ਵਜਣਾ ਏ ਸੁਬਾ ਤਬਾਹ ਹੀ ਉਜੜ ਵਜਣਾ ਏ ਬੀਬੀਆਂ ਦੇ ਹੁਸੈਨ ਵੀਰ ਵੱਤ ਮੈਰਾਜ ਦੀ ਮਿੰਨਤ ਕਰੇ ਦੀਆਂ ਸ਼ਾਲਾ ਥਮੇ ਸਯਾਦਾ ਦਾ ਭੇਣ ਕੋਈ ਵਸ ਲਗਦਾ ਇਤਲਾ ਮੈਨੀ ਸੈਣ ਦਾਵੀ ਦੀ ਧਰਤੀ ਕੋ ਦੁਆ ਦੇ ਹੱਥ ਬੁਲੰਦ ਕੀ ਦੇਣ ਤੇ ਰੋ ਕੇ ਆਦੀਏ ਢਾਣੀ ਦਾ ਤੇ ਮੁਹੱਲਾ ਵਧੀ ਤੇ ਸ਼ਾਲਾ ਧਮਦੀ ਮੂਲ ਨਾ ਧੰਮੇ ਦੁੱਖ ਦਰਦ ਫਿਰਾ ਦੇ ਦੇਖਣ ਕੀ ਤੇ ਸ਼ਾਲਾ ਕੋਈ ਹਮਸ਼ੀਰ ਨਾ ਦੀ ਪਿਆਰੀ ਪੰਜ ਪੰਜ ਵਾਰੀ ਬੈਠੀ ਗੱਲ ਫਿਰਾ ਦਾ ਬੀਬੀਆਂ ਦੀ ਆਈ ਬਾਬੇ ਦਾ ਬੋ ਸਈ ਵੀਰ ਬੀਬੀਆਂ ਦੇ ਹੁਸੈਨ ਵੀਰ ਥਾਮ ਪਈਏ ਰਾਤ ਥਾਮ ਪਈਏ ਰਾਤ ਬੀਬੀਆਂ ਦੀ ਥਾਮ ਪਈਏ ਰਾਤ ਹੁਸੈਨ ਵੀਰ ਬਾਅਦ ਮੇਰੇ ਬਿਲਾਲ ਕੋ ਆਪ ਮੈਂ ਕੁਛ ਛੇਕੜੀ ਐਲਾਨ ਸੁਣਾ ਵੇ ਤੇਰੇ ਬੁੱਢੜੇ ਬਾਪ ਦੀ ਸਹਿਰਾ ਚ ਕੂਕ ਨਿਕਲ ਗਈ ਏ ਪੱਗ ਦੇ ਪੇਚ ਗੱਲ ਚ ਆ ਗਏ ਨੇ ਪੈਰਾਂ ਚ ਗੱਲ ਆਏ ਨੇ ਕੋਈ ਨਹੀਂ ਦਾਵੀ ਦੀ ਧਮਦੀ ਕੋ ਇਹ ਜੋ ਸ਼ਾਹ ਫਰਮਾਇਆ ਮੈਡਮ ਮਸ ਲਹਦਾ ਅਕਬਰ ਅਜ਼ਾਨ ਮੁਕਾਈਏ ਅਕਬਰ ਅਜ਼ਾਨ ਮੁਕਾਈਏ ਨਹੀਂ ਪੜਦਾ ਜੋ ਹੁਸੈਨ ਦਾ ਸੋਹਣਾ ਪੁੱਤਰ ਹੁਸੈਨ ਟੋਰਿਆ ਕਿਵੇਂ ਇਤਨਾ ਅਦਾ ਜਿਹੜਾ ਹੁਸੈਨ ਦਾ ਸੋਹਣਾ ਬੱਚੜਾ ਟੁਰਿਆ ਇਹਨਾਂ ਨੇਂਦਰ ਪਿਆਰੀ ਕੀਤੀ ਬੈਠੇ ਬੀਬੀਆਂ ਪੱਥਰਾਂ ਦਾ ਮਾਤਮ ਸ਼ੁਰੂ ਨਹੀਂ ਪੜਦਾ ਬਰਛੀ ਕਿਵੇਂ ਲੱਗੀ ਨਹੀਂ ਪੜਦਾ ਘੋੜੇ ਤੋਂ ਲੱਥਾ ਕਿਵੇਂ ਜੇ ਤੂੰ ਜ਼ਮੀਨ ਤੇ ਆਇਆ ਹੈ ਤੇਰੇ ਬੁੱਢੜੇ ਇਮਾਮ ਦੀ ਕੂਕ ਨਿਕਲੀਏ ਰੋ ਕੇ ਸਿਆ ਦਾਦਾ ਹੈ ਲੇ
ਅਜ਼ਾਨ ਦਾ ਟਾਈਮ ਹੋ ਗਿਆ ਹੈ ਅਕਬਰ ਦੇ ਚਿਹਰੇ ਤੇ ਮੌਤ ਦੀ ਸਰਦੀ ਆਈ ਹੈ ਚਾਹੇ ਵੇਲੇ ਮੌਤ ਦੀ ਸਰਦੀ ਆਈ ਹੈ ਫਲ ਬੱਚੀ ਦਾ ਲੱਗਾ ਹੋਇਆ ਹੈ ਰੁਮੇ ਸ਼ਬੀਰ ਤੇ ਰੋ ਕੇ ਆਖਾਇ ਚਾਹੇ ਮਿਲਣਾ ਹੈ ਜੀ ਦੇ ਅਕਬਰ ਨੂੰ ਅਸ਼ਹਾਦੁ